ਮੇਰੀ ਗੱਲ ਧਿਆਨ ਨਾਲ ਸੁਣੋ। ਮੈਂ ਕੀ ਗੱਲਾਂ ਸੁਣਾ ਤੇਰੀਆਂ, ਤੂੰ ਮੈਨੂੰ ਫੋਨ ਕਿਉਂ ਕਰੇ? ਸੁਖ ਮੇਰੀ ਗੱਲ ਸੁਣੋ, ਮੈਨੂੰ ਪਤਾ ਤੁਸੀਂ ਮੇਰੇ ਨਾਲ ਬਹੁਤ ਨਾਰਾਜ਼ ਹੋ, ਪਰ ਮੇਰੀ ਇੱਕ ਗੱਲ ਮੰਨ ਲਓ। ਕਦੇ ਹਾਂ ਕਦੇ ਨਾ, ਦੱਸ ਹੁਣ ਕੀ ਕਰਾਂ। ਕਦੇ ਕਦੇ ਹੁਣ ਮੇਰਾ ਐਂ ਜੀ ਆਖਦਾ ਵੀ ਇਹਨੂੰ ਭਰਾ ਆਪ ਹੀ ਜਵਾਬ ਦੇ ਦਾ, ਮੈਂ ਤਾਂ ਇੱਕ ਕੰਮ ਮਨਿੰਦਰ ਦੇ ਅਤੇ ਮੁੰਡੇ ਦੇ ਮੂੰਹ ਨੂੰ ਨਹੀਂ ਬੋਲਦੀ, ਨਹੀਂ ਮੈਂ ਤਾਂ ਦੇ ਦਾਂ ਜਵਾਬ। ਆਪਣੇ ਨਾਲ ਦਿਲ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ, ਜਿਹੜੇ ਬੇਗਾਨੇ ਹੁੰਦੇ ਨੇ ਉਹਨਾਂ ਤਾਂ ਹਾਲ ਵੀ ਨਹੀਂ ਪੁੱਛੇ ਜਾਂਦੇ। ਮੈਂ ਕੋਈ ਪੇਪਰ ਤਿਆਰ ਨਹੀਂ ਕਰਵਾਏ ਸੀ, ਅਤੇ ਦੂਜੀ ਗੱਲ ਇਹ ਆ ਸਾਰੀ ਉਮਰ ਤੁਹਾਡੇ ਪਿਆਰ ਨੂੰ ਤਰਸਦੀ ਰਹਿ ਗਈ ਮੈਂ, ਅਤੇ ਲਾਸਟ 'ਤੇ ਆਣ ਕੇ ਜਦੋਂ ਮੈਂ ਇਹੋ ਜਿਹੀ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਤਾਂ ਮੇਰੇ 'ਤੇ ਤੁਸੀਂ ਤੌਮਤਾਂ ਲਾਤੀਆਂ ਬਿਨਾਂ ਸੱਚਾਈ ਜਾਣੇ। ਤੁਸੀਂ ਮੇਰੀ ਗੱਲ ਸੁਣੋ, ਮੈਨੂੰ ਲੱਗਦਾ ਤੁਹਾਡਾ ਜਿਹੜਾ ਰੌਲਾ ਗਾ ਉਹ ਤਲਾਕ ਦਾ ਨਹੀਂ ਪੈਸੇ ਦਾ। ਤੁਹਾਡੀ ਜਾਣਕਾਰੀ ਲਈ ਮੈਂ ਇੱਕ ਗੱਲ ਕਲੀਅਰ ਕਰਦੀ ਹਾਂ ਕਿ ਤੁਹਾਡੀ ਬਣਦੀ ਪੇਮੈਂਟ ਮੇਰੇ ਕੋਲ ਹੈ। ਤੁਹਾਡੇ ਕੋਲ? ਹਾਂਜੀ ਮੇਰੇ ਕੋਲ। ਧੰਨਵਾਦ ਬਿੱਲੇ ਤੇਰਾ, ਤੂੰ ਦੁਬਾਰਾ ਤੋਂ ਸਾਡਾ ਮਿਲਾਪ ਕਰਨ ਦੇ ਵਿੱਚ ਮੇਰੀ ਮਦਦ ਕੀਤੀ, ਅਤੇ ਜੇ ਤੂੰ ਨਾ ਕਹਿੰਦਾ ਫੋਨ ਕਰਨ ਨੂੰ ਤਾਂ ਉਹ ਮੈਨੂੰ ਮਿਲਦਾ ਨਾ। ਮੈਂ ਲੋਕਾਂ ਦੇ ਇੰਨੇ ਮਸਲੇ ਹੱਲ ਕਰੇ ਨੇ, ਤੂੰ ਤਾਂ ਫਿਰ ਵੀ ਆਪਦੀ ਤੀ, ਤੂੰ ਤਾਂ ਮੇਰੀ ਕਲਾਸਮੇਟ ਰਹੀ ਹੋਈ ਹੈ, ਤੇਰੇ ਨਹੀਂ ਮਸਲੇ ਹੱਲ ਕਰੂੰਗਾ। ਮੈਨੂੰ ਤਾਂ ਇਹ ਸੀ ਤੂੰ ਨਕੰਮਾ ਹੀ ਰਹੇਗਾ, ਪਰ ਤੂੰ ਤਾਂ ਸਹੁੰ ਲੱਗੇ ਮੇਰੀ ਜ਼ਿੰਦਗੀ ਦੇ ਵਿੱਚ, ਅੱਜ ਉਹ ਮਦਦ ਕਰਤੀ ਜਿਹੜੀ ਮੈਂ ਸੋਚ ਵੀ ਨਹੀਂ ਸਕਦੀ ਸੀ। ਇਹ ਤਾਂ ਪਤੀ ਨਹੀਂ ਹੁੰਦਾ, ਕਈ ਵਾਰੀ ਕੰਮ ਤਲਵਾਰ ਵੀ ਆ ਜਾਂਦੀ ਹੈ, ਕਈ ਵਾਰੀ ਕੰਮ ਸੂਈ ਵੀ ਆ ਜਾਂਦੀ ਹੈ। ਜਿਹੜਾ ਕੰਮ ਤਲਵਾਰ ਕਰ ਦੂ ਉਹ ਸੂਈ ਨਹੀਂ ਕਰ ਸਕਦੀ, ਜਿਹੜਾ ਸੂਈ ਕਰ ਦੂ ਤਲਵਾਰ ਨਹੀਂ ਕਰ ਸਕਦੀ। ਗੱਲ ਸੁਣ ਬਿੱਲੇ, ਹੁਣ ਤੂੰ ਉਹ ਕੰਮ ਕਰਨਾ ਜਿਹੜਾ ਤੈਨੂੰ ਪਹਿਲਾਂ ਤੋਂ ਹੀ ਪਤਾ ਕਿ ਮੈਂ ਕੀ ਚਾਹੁੰਦੀ ਹਾਂ, ਉਹ ਵਿਆਹ ਨਹੀਂ ਹੋਣ ਦੇਣਾ ਤੈ, ਸੁੱਖ ਸਿਰਫ ਮੇਰਾ ਸੀ ਅਤੇ ਮੇਰੇ ਹੀ ਰਹੋ, ਅਤੇ ਹੁਣ ਇਹ ਤੂੰ ਕਰੇਗਾ ਉਹਦੇ ਘਰਦਿਆਂ ਨੂੰ ਅਤੇ ਉਹ ਕੁੜੀ ਨੂੰ ਕਿਹੜੇ ਤਰੀਕੇ ਨਾਲ ਘੁਮਾਉਣਾ ਇਹ ਤੈਨੂੰ ਪਤਾ। ਦੇਖ ਜੀ ਤਾਂ ਤੇਰਾ ਮੇਲ ਕਰਾਉਣਾ ਨਾ ਕਰਾਉਣਾ ਉਸ ਪਰਮਾਤਮਾ ਦੇ ਹੱਥ ਹੈ, ਠੀਕ ਹੈ, ਉਹ ਪਰਮਾਤਮਾ ਤੋਂ ਅੱਗੇ ਕੁਛ ਨਹੀਂ। ਜੇ ਤੂੰ ਉਹਨੂੰ ਦਿਲੋਂ ਚਾਹੁੰਦੀ ਹੋਈ, ਦਿਲੋਂ ਪਿਆਰ ਕਰਦੀ ਹੋਈ ਤਾਂ ਉਹ ਤੇਰਾ ਜ਼ਰੂਰ ਹੋਊਗਾ। ਜਿਹੜੀ ਚੀਜ਼ ਤੁਹਾਡੀ ਹੈ ਉਹ ਹਮੇਸ਼ਾ ਤੁਹਾਡੀ ਰਹੂਗੀ, ਚਾਹੇ ਕਿੱਥੇ ਮਰਜ਼ੀ ਵਗ ਜਾਏ, ਕਿੱਥੇ ਮਰਜ਼ੀ ਹੋਵੇ ਤੁਹਾਡੇ ਕੋਲ ਆਊਗੀ, ਠੀਕ ਹੈ। ਬਾਕੀ ਤੂੰ ਮੇਰੀ ਕਲਾਸਮੇਟ ਰਹੀ ਹੈ, ਜਿੰਨਾ ਕੁ ਮੈਥੋਂ ਜ਼ੋਰ ਲੱਗਿਆ ਮੈਂ ਲਾਊਂਗਾ, ਪਰ ਪਰਮਾਤਮਾ ਤੋਂ ਉੱਤੇ ਕੁਛ ਨਹੀਂ। ਲੈ ਬਿੱਲੇ ਕਿਹੋ ਜਿਹਾ ਗੱਲਾਂ ਕਰਦਾ, ਜੇ ਇਹ ਪਿਆਰ ਸੱਚਾ ਸੀ ਤਾਂ ਹੀ ਤਾਂ ਦੇਖ ਰੱਬ ਨੇ ਫਿਰ ਮੈਨੂੰ ਉੱਥੇ ਲਿਆ ਕੇ ਖੜਾ ਕਰਤਾ ਜਿੱਥੋਂ ਮੈਂ ਗਈ ਸੀ। ਪਤਾ ਕੀ ਹੈ, ਸਹੀ ਕਹਿੰਦੇ ਨੇ ਸਿਆਣੇ, ਜੋ ਵੀ ਹੁੰਦਾ ਚੰਗੇ ਲਈ, ਠੀਕ ਹੈ। ਜੇ ਤੁਹਾਡਾ ਰੱਬ ਮਾੜਾ ਵੀ ਕਰਦਾ ਤਾਂ ਉਹ ਵੀ ਕੋਈ ਚੰਗੇ ਲਈ ਕਰਦਾ। ਸੋ ਪਰਮਾਤਮਾ ਤੋਂ ਵਿਸ਼ਵਾਸ ਕਦੇ ਵੀ ਆਪਦਾ ਨਾ ਉਠਾਓ, ਪਰਮਾਤਮਾ 'ਤੇ ਵਿਸ਼ਵਾਸ ਰੱਖੋ, ਠੀਕ ਹੈ। ਰੱਬ ਦੇ ਘਰ ਦੇ ਰਹਿੰਦੇ ਤੇਰਾ ਜ਼ਰੂਰ ਮੇਲ ਹੋਊਗਾ, ਮੇਰਾ ਦਿਲ ਕਹਿੰਦਾ। ਦੇਖ ਬਿੱਲੇ ਇੱਕ ਗੱਲ ਹੋਰ ਤੂੰ ਵੀ ਧਿਆਨ 'ਚ ਰੱਖੀ, ਮੈਂ ਕਿਸੇ ਦਾ ਕੁਛ ਖੋ ਨਹੀਂ ਰਹੀ, ਜੋ ਮੇਰਾ ਆਪਦਾ ਮੈਂ ਸਿਰਫ ਉਹਦੇ ਪਿੱਛੇ ਭੱਜਦੀ ਹਾਂ। ਜੇ ਤੇਰਾ ਆਪਦਾ ਹੋਇਆ ਤਾਂ ਤੈਨੂੰ ਮਿਲ ਵੀ ਜਾਊਗਾ, ਫਿਕਰ ਨਾ ਕਰ। ਬਾਕੀ ਰਹੀ ਗੱਲ ਲੋਕਾਂ ਦੀ, ਤੈਨੂੰ ਪਤਾ ਜਿੰਨੇ ਮੂੰਹ ਉਨੀਆਂ ਗੱਲਾਂ, ਲੋਕਾਂ ਦੀ ਪਰਵਾਹ ਨਹੀਂ ਕਰਿਆ ਕਰਦੇ, ਠੀਕ ਹੈ। ਲੋਕਾਂ ਨੇ ਤਾਂ ਕਹਿਣੀ ਨਹੀਂ, ਲੋਕਾਂ ਨੇ ਤਾਂ ਜੀਭ ਕਹਿ ਕੇ ਅੰਦਰ ਵੜ ਜਾਂਦੀ ਹੈ। ਬਸ ਤੂੰ ਇੰਨਾ ਦੱਸ ਦੇ ਹੁਣ ਵੀ ਅੱਗੇ ਕੀ ਕਰਨਾ। ਦੇਖ ਅੱਗੇ ਪਰਮਾਤਮਾ ਹੀ ਕਰੂਗਾ ਜੋ ਵੀ ਕਰਨਾ, ਮੈਂ ਕੁਛ ਨਹੀਂ ਕਰਦਾ, ਠੀਕ ਹੈ। ਪਰਮਾਤਮਾ ਦੇ ਹੱਥ ਹੈ ਸਭ, ਉਹ ਮਿਲਾਊਗਾ, ਜ਼ਰੂਰ ਮਿਲਾਊਗਾ। ਬਸ ਤੂੰ ਇੱਕ ਗੱਲ ਦਾ ਧਿਆਨ ਰੱਖੀ ਵੀ ਤੇਰੇ ਇਹ ਕਾਰਨਾਂ ਕਰਕੇ ਕਿਸੇ ਦਾ ਨੁਕਸਾਨ ਨਾ ਹੋ ਜਾਵੇ, ਤੇਰੀ ਇਹ ਜਿੱਤ ਪਿੱਛੇ ਕੋਈ ਹੋਰ ਨਾ ਡੂੰਗੀ ਸੱਠ ਖਾ ਬੈਠੇ। ਇੱਕ ਗੱਲ ਤੂੰ ਵੀ ਯਾਦ ਰੱਖੀ ਬਿੱਲੇ, ਮੈਂ ਕਿਸੇ ਦਾ ਖੋ ਨਹੀਂ ਰਹੀ, ਰਹੀ ਗੱਲ ਜਿਹਦੀ ਤੂੰ ਗੱਲ ਕਰਦਾ ਮੈਨੂੰ ਚੰਗੀ ਤਰ੍ਹਾਂ ਪਤਾ। ਦੇਖ ਬਿੱਲੇ ਉਹਦਾ ਕੋਈ ਕਸੂਰ ਨਹੀਂ ਹੈਗਾ,
ਮੈਂ ਕਿਉਂ ਕਿਸੇ ਦੀ ਧੀ ਨੂੰ ਮਾੜਾ ਕਹਾ? ਨਾਲੇ ਉਹਦਾ ਕਿਹੜਾ ਕੋਈ ਕਸੂਰ ਆ? ਕਸੂਰ ਤਾਂ ਸਾਡੇ ਕਿਸਮਤ ਦਾ ਸੀਗਾ ਜਿਹੜੀ ਸਾਨੂੰ ਇੱਥੋਂ ਤੱਕ ਲੈ ਆਈ। ਅਤੇ ਦੂਜੀ ਗੱਲ, ਤੂੰ ਫਿਕਰ ਨਾ ਕਰ, ਦੇਖ ਇਹਦਾ ਤੂੰ ਵੀ ਧਿਆਨ ਰੱਖੀ, ਉਹਨੂੰ ਤਾਂ ਕੋਈ ਵੀ ਮਿਲ ਜਾਏਗਾ ਬਿੱਲੇ, ਕਿਉਂਕਿ ਉਹਦਾ ਕਿਹੜਾ ਵਿਆਹ ਹੋ ਗਿਆ। ਪਰ ਜੇ ਮੈਂ ਦੂਰ ਹੋ ਗਈ ਨਾ ਤਾਂ ਕੰਧਾਂ ਵੀ ਰੋਣਗੀਆਂ, ਇਹ ਗੱਲ ਧਿਆਨ 'ਚ ਰੱਖੀ। ਇਹ ਤਾਂ ਕਿਸਮਤ ਦੀਆਂ ਗੱਲਾਂ, ਜੇ ਤੇਰੀ ਕਿਸਮਤ 'ਚ ਹੋਇਆ ਤਾਂ ਤੈਨੂੰ ਮਿਲ ਜੂ, ਜੇ ਉਹਦੀ ਕਿਸਮਤ 'ਚ ਹੋਇਆ ਤਾਂ ਉਹਨੂੰ ਮਿਲ ਜੂ, ਜੇ ਦੋਨਾਂ ਦੀ ਕਿਸਮਤ 'ਚ ਨਾ ਹੋਇਆ ਤਾਂ ਰੱਬ ਲਈ ਮਿਲ ਜੂ। ਨਾ ਬਿੱਲੇ, ਐਂ ਨਾ ਬੋਲ, ਇਸ ਚੀਜ਼ ਪਿੱਛੇ ਨਾ ਪਤਾ ਨਹੀਂ ਮੈਂ ਕਿੱਥੋਂ ਕਿੱਥੋਂ ਲੰਘ ਆਈ ਹਾਂ। ਹੋਰ ਹੁਣ ਤਾਂ ਜਿਨ੍ਹਾਂ ਜਿਨ੍ਹਾਂ ਨੇ ਜ਼ੋਰ ਲਾਇਆ ਨਾ, ਮੈਂ ਸਾਰੇ ਪੜਾਅ ਬਹੁਤ ਔਖੇ ਪਾਰ ਕੀਤੇ ਆ। ਐਂ ਬੋਲ ਕੇ ਮੇਰਾ ਦਿਲ ਨਾ ਤੋੜ। ਚੱਲ ਕੋਈ ਨਹੀਂ, ਤੂੰ ਤਾਂ ਛੱਡ, ਤੂੰ ਇੰਨੇ ਟਾਈਮ ਬਾਅਦ ਮਿਲਿਆ, ਤੂੰ ਹੋਰ ਹੀ ਗੱਲਾਂ ਲੈ ਕੇ ਬਹਿ ਜੀ, ਤੂੰ ਹੌਸਲਾ ਰੱਖ, ਸਭ ਕੁਝ ਸਹੀ ਹੋਊਗਾ, ਠੀਕ ਹੈ? ਤੂੰ ਹੁਣ ਐਂ ਦੱਸ ਮੈਨੂੰ, ਖਾਏਂਗੀ ਪੀਏਂਗੀ ਕੀ? ਖਾਣਾ ਪੀਣਾ ਤਾਂ ਸਾਰਾ ਹੋ ਜੂਗਾ ਬਿੱਲੇ, ਪਰ ਇੱਕ ਗੱਲ ਤੂੰ ਵੀ ਯਾਦ ਰੱਖੀ, ਆ ਜਿਹੜਾ ਤੂੰ ਭੇਸ ਬਣਾਇਆ ਹੋਇਆ ਨਾ, ਇਹਦਾ ਵੀ ਤਾਂ ਹੀ ਫਾਇਦਾ ਜੇ ਤੂੰ ਕਿਸੇ ਦਾ ਟੁੱਟਦਾ ਹੋਇਆ ਘਰ ਬਚਾ ਲੈ। ਤੇ ਹੁਣ ਮੈਂ ਚੱਲਦੀ ਹਾਂ। ਓਹੋ, ਖਾ ਤਾਂ ਜਾ, ਸਾਡੇ ਤਾਂ ਖੀਰ ਹੁੰਦੀ ਆ, ਖੀਰ ਖਾ ਲੈ, ਦੱਸ ਬਣੀ ਪਈ ਆ। ਕੋਈ ਨਹੀਂ, ਤੈਨੂੰ ਨਹੀਂ ਪਤਾ, ਹਜੇ ਮੈਂ ਇੱਕ ਹੋਰ ਕੰਮ ਇਹੋ ਜਿਹਾ ਕਰਨਾ ਜਿਹੜਾ ਮੈਂ ਵਾਅਦਾ ਕਰਕੇ ਆਈ ਹਾਂ ਸੁੱਖ ਨਾਲ, ਅਤੇ ਉਹ ਮੈਨੂੰ ਪੂਰਾ ਕਰਨਾ ਪੈਣਾ, ਇਹ ਤਾਂ ਸਾਰੀ ਜ਼ਿੰਦਗੀ ਪਛਤਾਵਾ ਰਹੂਗਾ। ਚੰਗਾ ਚੰਗਾ, ਲੈ ਦੱਸ ਕਿੱਡੀ ਕਮਲੀ ਹੋਈ ਆ, ਸੁੱਖ ਆ, ਸੁੱਖ ਬਹੁਤ, ਸੁੱਖ ਜੇ ਸੁੱਖ ਬਹੁਤ, ਸੁੱਖ ਤਾਂ ਕਿ ਮੇਰੇ ਪੈਰੀ ਡਿੱਗਦਾ, ਸੁੱਖ ਸੁੱਖ ਲਾ ਰੱਖੀ ਹੈ, ਮੈਨੂੰ ਮਿਲ ਜੇ ਸੁੱਖ, ਮੈਨੂੰ ਫਲਾਣਾ ਸੁੱਖ ਨਾ ਹੋ ਗਿਆ, ਕੋਹੀ ਨੂਰ ਦਾ ਹੀਰਾ ਹੋ ਗਿਆ, ਮਿਲ ਜੇ। ਕੀ ਇਹ ਕੁੜੀਆਂ ਜੀਆਂ ਦੇ ਕੰਮ, ਚੰਗੀ ਭਰੀ ਪਟਵਾਰਨ ਲੱਗੀ ਹੋਈਆਂ, ਕਮਾਏ ਨਹੀਂ ਜਾਂਦੇ 2 ਰੁਪਈਆ, ਆਹਨੂੰ ਇਹਨੇ ਲਵਾਉਣੀ ਹੋ ਧੂਫ 10-15 ਹਜ਼ਾਰ ਨੂੰ, ਕੋਈ ਨਹੀਂ ਅਗਲੀ ਵਾਰੀ ਕਹੂੰ ਇਹਨੂੰ, ਤੁਹਾਨੂੰ ਟੋਟਕਾ ਦਿੰਦਾ ਬਣਾ ਕੇ, ਫੇਰ ਆਊ ਲੋਟ। ਹਾਏ ਬੇ ਰੱਬਾ, ਅੱਛਾ ਇਹ ਤਾਂ ਨਵੀਂ ਵਸੂੜੀ ਪੈ ਗਈ, ਹੁਣ ਜੇ ਮਨਿੰਦਰ ਨੂੰ ਪਤਾ ਲੱਗਿਆ ਫੇਰ ਕੀ ਬਣੂ? ਇਹ ਆਪਾਂ ਤਾਂ ਹੁਣ 2 ਕਿਸ਼ਤੀਆਂ ਦੇ ਗੱਲ ਵਾਲੀ ਹੋ ਗਈ, ਇੱਧਰ ਵੀ ਫਸ ਗਏ ਉੱਧਰ ਵੀ ਫਸ ਗਏ। ਮਨਿੰਦਰ ਨੂੰ ਦੱਸੂ ਕੌਣ ਬੇਬੇ, ਜੇ ਆਪਾਂ ਬੋਲਾਂਗੇ ਤਾਂ ਹੀ ਹੈ। ਨਾਲੇ ਇੱਕ ਗੱਲ ਹੋਰ, ਹੁਣ ਤੂੰ ਕੀ ਸੋਚਦੀ ਹੈ, ਜੇ ਉਹ ਸੱਚੀ ਹੈ ਤਾਂ ਉਹਦੇ ਨਾਲ ਘਰ ਵਸਾ ਲਾ ਹੁਣ? ਮੈਂ ਨਹੀਂ ਕਹਿੰਦੀ ਤੈਨੂੰ ਪੁੱਤ ਵੀ ਤੂੰ ਉਹਦੇ ਨਾਲ ਘਰ ਵਸਾ ਲੈ, ਪਰ ਮੈਂ ਜਿਹੜੀ ਗੱਲ ਕਹਿ ਰਹੀ ਹਾਂ, ਗੱਲ ਤਾਂ ਮੰਮਾ ਖੂਹ 'ਚ ਵੜ ਕੇ ਕਰ ਲੈ, ਲੋਕਾਂ ਨੇ ਢੋਲ ਵਜਾ ਦੇਣੇ ਨੇ। ਉਹ ਫਿਰ ਮਨਿੰਦਰ ਨੂੰ ਵੀ ਤਾਂ ਪਤੀ ਹੈ ਬਾਪੂ ਸਾਰਾ ਕੁਛ, ਜਾਂ ਕਹਿ ਵੀ ਉਹਨੂੰ ਨਹੀਂ ਪਤਾ? ਪਤਾ ਤਾਂ ਹੈ, ਜਿਹੜੇ ਹੁਣ ਕਾਗਜ਼ਾਂ ਪੱਤਰਾਂ ਦੇ, ਆਪਾਂ ਮਨਿੰਦਰ ਨੂੰ ਵੀ ਨਹੀਂ ਕੁਛ ਕਹਿ ਸਕਦੇ, ਇਹ ਤਾਂ ਪੂਰਾ ਫਾਨਾ ਬਣ ਕੇ ਖੜੂ ਇੱਥੇ। ਨਾਲੇ ਹੁਣ ਐਂ ਦੇਖ, ਉਹ ਆਪਣੇ ਘਰ ਆਈ ਹੈ, ਕਿਸੇ ਨੇ ਤਾਂ ਦੇਖੀ ਉਹ ਹੈ ਨਾ, ਆਉਂਦੀ ਤਾਂ ਦੇਖੀ ਉਹ, ਸਾਰੇ ਆਉਂਦੇ ਮਨਿੰਦਰ ਨੂੰ ਜਾਣਦੇ ਨੇ, ਆਉਂਦੀ ਮਨਿੰਦਰ ਦੇ ਕੰਨ ਭਰ ਦੇਣਗੇ ਵੀ ਆਈ ਸੀ ਆਈ ਸੀ। ਆਉਂਦੀ ਨੂੰ ਵੀ ਦੇਖਿਆ ਤੇ ਜਾਂਦੀ ਨੂੰ ਵੀ ਦੇਖਣਗੇ? ਨਹੀਂ ਬਾਪੂ, ਮਨਿੰਦਰ 'ਤੇ ਮੈਨੂੰ ਇੰਨਾ ਕੁ ਯਕੀਨ ਹੈ ਵੀ ਉਹ ਇਹੋ ਜਿਹੀਆਂ ਗੱਲਾਂ 'ਚ ਨਹੀਂ ਆਉਂਦੀ। ਯਕੀਨ ਇਹ 'ਤੇ ਥੋੜ੍ਹਾ ਸੀ ਆਪਾਂ ਨੂੰ, ਹੈ? ਗੱਲ ਤਾਂ ਤੇਰੀ ਵੀ ਸਹੀ ਹੈ ਬਾਪੂ। ਆਹੀ ਗੱਲ ਤਾਂ ਮੈਂ ਕਹਿੰਦੀ ਸੀ ਵੀ ਤੇਰਾ ਪਿਓ ਉਹਦੇ ਪੱਖ 'ਚ ਖੜਦਾ ਹੁੰਦਾ, ਮੇਰੇ ਨਾਲ ਲੜਾਈ ਕਰਦਾ, ਪਰ ਕੀ ਹੋਇਆ? ਉਹ ਮਾਂ ਘਰ ਵਸਾਉਣ ਦੀਆਂ ਗੱਲਾਂ ਹੁੰਦੀਆਂ ਨੇ, ਹੁਣ ਜੇ ਇੱਕ ਜਣਾ ਠੰਡਾ ਚੱਲਦਾ ਤਾਂ ਦੂਜਾ ਤੱਤਾ ਚੱਲਦਾ, ਤਾਂ ਉਹਦੇ ਨਾਲ ਤੱਤੇ ਨਾਲ ਤੱਤਾ ਥੋੜ੍ਹਾ ਨਾ ਹੋ ਜਾਂਦਾ ਹੈ? ਤੱਤੇ ਨਾਲ ਤੱਤੇ ਜਮ੍ਹਾਂ ਨਾ ਹੋ, ਤੁਸੀਂ ਆਉਣ ਵਾਲਾ ਜਿਹੜਾ ਸਮਾਂ ਨਾ ਉਹਨੂੰ ਵਿਚਾਰੋ ਵੀ ਆਪਾਂ ਕੀ ਕਰੀਏ। ਹੁਣ ਨਵੇਂ ਸਿਆਪੇ ਹੁੰਦੇ ਨੇ, ਰੱਬ ਨੂੰ ਵੀ ਆਪਣੀਆਂ ਖੁਸ਼ੀਆਂ ਮਨਜ਼ੂਰ ਨਹੀਂ ਹੈਗੀਆਂ, ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਇਸ ਘਰ ਨੂੰ। ਸੱਚੀ ਗੱਲ ਹੈ ਪੁੱਤ, ਲੱਗੀ ਤਾਂ ਨਜ਼ਰ ਹੀ ਹੈ, ਹੱਸਦੇ ਵੱਸਦਾ ਘਰ ਖੇ ਖਰਾਬ ਹੋ ਕੇ। ਨਜ਼ਰ ਹੀ ਲੱਗੀ ਜਾਂਦੀ ਹੈ ਜਦੋਂ ਕੋਈ ਖੁਸ਼ੀ ਹੁੰਦੀ ਹੈ, ਕੋਈ ਨਾ ਕੋਈ ਜੱਬ ਪੈ ਜਾਂਦਾ ਨਵੇਂ, ਕੋਈ ਨਾ ਕੋਈ ਜੱਬ ਪੈ ਜਾਂਦਾ। ਹੁਣ ਐਂ ਉਮੀਦ ਹੋਈ ਦੀ ਵੀ ਚੱਲ ਤੇਰੇ ਦੁਬਾਰੇ ਵਿਆਹੁੰਦਾ ਬੰਨਾਂਗੇ ਕੋਈ, ਆ ਹੁਣ ਹੋਰ ਸਿਆਪਾ ਨਵਾਂ ਪੈ ਗਿਆ ਵਿੱਚ। ਚੱਲ ਕੋਈ ਨਾ, ਤੁਸੀਂ
ਟੈਂਸ਼ਨ ਨਾ ਲਓ ਬੇਬੇ। ਨਾਲੇ ਸੁਣਿਆ ਤੀ ਵੀ ਮਰ ਗਈ ਮਰ ਗਈ, ਆਹ ਹੁਣ ਮਰੀ ਹੋਈ ਜਿਉਂਦੀ ਕਿੱਥੋਂ ਹੋ ਗਈ? ਹੁਣ ਤਾਂ ਜਿਉਂਦੀ ਤਾਂ ਜਿਉਂਦੀ ਆ, ਐਡੇ ਐਡੇ ਆਹ ਕਾਗਜ਼ ਪੱਤਰ ਲੈ ਕੇ ਆ ਗਈ ਘਰੇ, ਹੁਣ ਦੱਸ ਇਹਨਾਂ ਦਾ ਕੀ ਕਰੀਏ, ਸਾਰਾ ਸਬੂਤ ਹੀ ਦਿਖਾ ਗਏ ਇਹਨੂੰ, ਤਾਂ ਹੀ ਤਾਂ ਇਹ ਬਿਠਾਈ ਬੈਠਾ, ਇਹ ਕੀ ਬੋਲਦਾ ਉਹਨੂੰ? ਚੱਲ ਘਬਰਾਉਣ ਦੀ ਲੋੜ ਨਹੀਂ ਹੈਗੀ ਬੇਬੇ, ਤਲਾਕ ਤਾਂ ਹੋਈ ਹੋਇਆ, ਆਪਣੇ ਕੋਲ ਸਰਕਾਰੀ ਕਾਗਜ਼ ਨੇ, ਐਂ ਕਿਵੇਂ ਬੋਲ ਸਕਦੀ ਆ ਉਹ? ਇਹ ਤਾਂ ਗੱਲ ਹੈਗੀ ਹੈ, ਸਰਕਾਰੀ ਕਾਗਜ਼ ਤਾਂ ਹੈਗੇ, ਪਰ ਪੁੱਤ ਕੋਈ ਪਤਾ ਨਹੀਂ, ਕਿਸੇ ਦੇ ਦਿਲ ਦਿਮਾਗ ਦਾ ਕੋਈ ਪਤਾ ਨਹੀਂ ਵੀ ਕੀ ਚੱਕੀ ਫਿਰਦਾ ਕੋਈ। ਦੇਖੀ ਜਾਓ ਫਿਰ ਕੀ ਬਣਦਾ। ਕਾਨੂੰਨ ਤਾਂ ਸਰਕਾਰ ਤਾਂ ਇਹੋ ਜਿਹੀ, ਇੱਥੇ ਤਾਂ ਸੁੱਕੀ ਵੀ ਮਚਦੀ ਹੈ ਅਤੇ ਗਿੱਲੀ ਵੀ ਮਚਦੀ ਹੈ, ਇੱਥੇ ਨਹੀਂ ਕੋਈ ਕਿਸੇ ਨੂੰ ਪੁੱਛਦਾ। ਚੱਲ ਕੋਈ ਨਾ ਮਾਂ, ਦਿਲ 'ਤੇ ਬੋਝ ਨਾ ਰੱਖੋ, ਹੁਣ ਜੇ ਮਾੜਾ ਹੋਣ ਲੱਗਿਆ ਕੁਛ ਤਾਂ ਚੰਗਾ ਵੀ ਹੋ ਗਿਆ, ਆਪਣਾ 40 ਲੱਖ ਤਾਂ ਮੁੜੇ ਆਊਗਾ, ਵਕੀਲ ਦੱਸ ਕੇ ਗਈ ਹੈ ਮੈਨੂੰ। ਸੁੱਖੇ ਅੱਗ ਲੱਗੇ ਹਜੇ 40 ਲੱਖ, ਜਿਹੜੇ ਮਾੜੀਆਂ ਖੁਸ਼ੀਆਂ ਆਈਆਂ ਸੀ ਉਹ ਦੁਬਾਰੇ ਫਿਰ ਉਹੀ ਖੂਹ 'ਚ ਪੈਣ ਲੱਗੀਆਂ ਨੇ। ਆਪਾਂ ਖੁਸ਼ੀਆਂ ਤਾਂ ਆਉਣ ਲੱਗੀਆਂ ਸੀਗੀਆਂ, 40 ਲੱਖ ਨੂੰ ਤਾਂ ਆਪਾਂ ਭੁੱਲ ਗਏ ਸੀ, ਆਪਣੇ ਤਾਂ ਹੁਣ ਉਹ ਖੁਸ਼ੀਆਂ ਜਾ ਸੀ ਜਿਹੜੀਆਂ ਦੁਬਾਰੇ ਖਰਾਬ ਹੋਣੀਆਂ ਜਾ ਰਹੀਆਂ। ਸਹੀ ਕਿਹਾ ਸਿਆਣਿਆਂ ਨੇ, ਖੁਸ਼ੀਆਂ ਪੈਸੇ ਦੇ ਕੇ ਨਹੀਂ ਖਰੀਦੀਆਂ ਜਾਂਦੀਆਂ, ਪਰ ਜਿਹੜੀਆਂ ਕਰਮਾਂ 'ਚ ਲਿਖੀਆਂ ਨੇ ਨਾ ਉਹ ਵੀ ਆਪਾਂ ਮਿਟਾ ਨਹੀਂ ਸਕਦੇ ਮਾਂ। ਗੱਲ ਤਾਂ ਤੇਰੀ ਸਹੀ ਹੈ ਪੁੱਤ, ਇਹ ਵੀ ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ। ਕਿਸਮਤ ਦੀਆਂ ਗੱਲਾਂ ਨੇ ਬੇਬੇ, ਗੱਲਾਂ ਤਾਂ ਪੁੱਤ ਕਿਸਮਤ ਦੀਆਂ ਨੇ, ਕਿਸੇ ਦੀ ਕਿਸਮਤ ਚੰਗੀ ਨਿਕਲੀ ਹੁੰਦੀ ਹੈ, ਕਿਸੇ ਦੀ ਮਾੜੀ ਨਿਕਲੀ ਹੁੰਦੀ ਹੈ। ਸਹੀ ਗੱਲ ਆ ਬਾਪੂ। ਲਓ ਜੋਖੇ ਤੂੰ ਪੜ੍ਹ ਲਿਆ ਕਰਤਾ ਯਾਰ, ਤੇਰੀ ਮੈਡਮ ਦਾ ਰੋਜ਼ ਫੋਨ ਆਉਂਦਾ, ਰੋਜ਼ ਸ਼ਿਕਾਇਤਾਂ ਲਾਉਂਦੀ ਆ ਉਹ, ਉਹਦਾ ਕਹਿੰਦੇ ਅੰਗਰੇਜ਼ੀ ਗਰੂਜੀ ਨਹੀਂ ਆਉਂਦੀ, ਘੱਟ ਆਉਂਦੀ ਆ, ਫਿਰ ਅਸੀਂ ਉਹੀ ਫੀਸਾਂ ਭਰੀ ਜਾਂਦੇ ਹਾਂ, ਅਸੀਂ ਪੰਜਾਬੀ ਭੁੱਲੀ ਫਿਰਦੇ ਹਾਂਗੇ। ਪੜ੍ਹ ਲਿਆ ਕਰ ਪੁੱਤ ਪੜ੍ਹ ਲਿਆ ਕਰ। ਹਾਂਜੀ ਹਾਂਜੀ ਜੀਤਾ ਭਾਬੀ, ਜੀਤਾ ਭਾਬੀ ਨੀ ਜੀਤਾ ਪਟਵਾਰ ਨੀ, ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ। ਤੁਸੀਂ ਇੱਥੇ ਹੈਰਾਨ ਜੇ ਕੇ ਹੋਈ ਜਾਂਦੇ ਹੋ, ਜਿਉਂਦੀ ਹਾਂ ਮੈਂ, ਤੁਹਾਨੂੰ ਵੀ ਇਹੀ ਲੱਗਦਾ ਹੋਊਗਾ ਮਰ ਗਈ। ਅਸੀਂ ਤਾਂ ਇਹੀ ਸੁਣਿਆ ਸੀ ਵੀ ਤੁਹਾਡੀ ਡੈਥ ਹੋ ਗਈ। ਬਈ ਆਪਾਂ ਬੈਠ ਕੇ ਗੱਲ ਕਰੀਏ। ਆ ਜਾਓ ਬਹਿ ਜਾਓ ਸਮਕਾਓ ਜੀ। ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ, ਕਿਰਪਾ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ। ਕਮਾਲ ਹੋ ਗਈ ਯਾਰ,
ਫੋਨ ਹੀ ਨਹੀਂ ਚੱਕਦੀ ਹੈਗੀ। ਇਹ ਜਿਹਾ ਕੀ ਹੋ ਗਿਆ ਦੱਸ ਵੀ, ਫੋਨ ਤਾਂ ਚੱਕ ਲੈ ਇੱਕ ਵਾਰ। ਇਕੱਲੇ ਹੀ ਬੋਲੀ ਜਾਂਦਾ ਮੁੰਡਾ, ਕਿਹਦੇ ਨਾਲ ਬੋਲਦੇ ਤੂੰ? ਕੁਛ ਨਹੀਂ ਮਾਂ, ਮਨਿੰਦਰ ਨੂੰ ਫੋਨ ਲਾਇਆ ਸੀਗਾ। ਵੀ ਮੈਂ ਵੀ ਭਾਈ ਤੇਰੇ ਨਾਲ ਉਸੇ ਦੀ ਗੱਲ ਕਰਦੀ ਸੀ, ਮੈਂ ਕੱਲ੍ਹ ਦੀ ਉਹਨੂੰ ਫੋਨ ਲਾਉਣ ਲੱਗ ਰਿਹਾ, ਉਹਨੇ ਮੇਰਾ ਫੋਨ ਹੀ ਚੱਕਿਆ, ਕੱਟ ਦਿੰਦੀ ਆ ਫੋਨ, ਕੱਟ ਦਿੰਦੀ ਆ। ਤੇਰਾ ਵੀ ਨਹੀਂ ਚੱਕਿਆ ਹੈਗਾ? ਹੋਰ ਕੀ ਹੈ, ਮੈਂ ਤੁਹਾਨੂੰ ਇਹ ਪੁੱਛਦੀ ਵੀ ਚੱਲ ਇੱਕ ਸੋਚ ਤਾਂ ਨਿਬੜੇ ਵੀ ਕੀ ਗੱਲ ਬਣੀ ਆ ਭਾਈ, ਤੇ ਉਹਨੇ ਤਾਂ ਡੁੱਬ ਜਾਣੀ ਨੇ, ਫੋਨ ਹੀ ਨਹੀਂ ਚੱਕਿਆ ਮੇਰਾ। ਉਹ ਮੈਂ ਵੀ ਉਹੀ ਕਹਿੰਦਾ, ਮੈਨੂੰ ਕਹਿੰਦੀ ਸੀ, ਕਹਿੰਦੀ ਮੈਂ ਇੱਕ ਦੋ ਦਿਨ 'ਚ ਹੀ ਆ ਜੂੰਗੀ, ਹੁਣ ਫੋਨ ਹੀ ਨਹੀਂ ਚੱਕ ਰਹੀ ਹੈਗੀ, ਉਲਟਾ ਫੋਨ ਕੱਟੀ ਜਾਂਦੀ ਹੈ। ਮੇਰੇ ਵੀ ਫੋਨ ਕੱਟੀ ਗਏ ਬਿੰਦਕ ਪਿੱਛੋਂ, ਜਾਂ ਮੈਂ ਲਾਇਆ ਕਰਾਂ ਦੋ ਵੈਲਾਂ ਵੱਜੀਆਂ, ਬੀਜੀ ਦੱਸ ਦਿਆ ਕਰ, ਦੋ ਵੈਲਾਂ ਵੱਜੀਆਂ ਬੀਜੀ ਕਹਿ ਦਿਆ ਕਰ। ਉਹ ਸਮਝ ਨਹੀਂ ਆਉਂਦੀ, ਪਤਾ ਨਹੀਂ ਕੀ ਹੋ ਗਿਆ ਹੋਣਾ, ਇਹੋ ਜਿਹਾ ਕੀ ਨਾ ਆਪਣੇ ਤਾਂ ਪੁੱਤ ਨਾ, ਪਤਾ ਨਹੀਂ ਕੋਈ ਪਰਮਾਤਮਾ ਦੀ ਕਰੋਪੀ ਹੈ, ਇੱਕ ਪਾਸਿਓਂ ਠੀਕ ਹੁੰਦਾ ਕੰਮ, ਦੂਜੇ ਪਾਸੇ ਠੀਕ ਹੁੰਦਾ ਇੱਧਰਲੇ ਪਾਸਿਓਂ, ਪੂਛ ਦੱਬ ਲੈ ਕੰਨ ਖੜਾ, ਕੰਨ ਦੱਬ ਲੈ ਪੂਛ ਖੜੀ, ਇੱਕ ਤਾਂ ਬਸ ਤਪਾਈ ਰੱਖਿਆ ਆਪਾਂ ਤਾਂ। ਉਹੀ ਗੱਲ ਹੋ ਰਹੀ ਹੈ ਬੇਬੇ, ਹੁਣ ਆ ਚੰਗੀ ਭਲੀ ਦੱਸ, ਸਾਰਾ ਮਸਲਾ ਹੱਲ ਹੋ ਗਿਆ ਤੀ, ਆ ਚੰਗੀ ਭਲੀ ਹੁਣ ਫਿਰ ਟੈਨਸ਼ਨ ਖੜੀ ਕਰਤੀ ਦੁਬਾਰੇ। ਹੋਰ ਕੀ ਹੈ ਵੀ, ਤੂੰ ਕਮ ਸੇ ਕਮ ਫੋਨ ਚੱਕ ਕੇ ਸਾਨੂੰ ਦੱਸ ਤਾਂ ਦੇ ਵੀ ਤੂੰ ਕਿੱਥੇ ਹੈ, ਕੀ ਗੱਲਬਾਤ ਹੈ, ਪਤਾ ਤਾਂ ਲੱਗ ਜੇ, ਹੁਣ ਟੈਨਸ਼ਨ ਹੋਈ ਜਾਂਦੀ ਹੈ ਦੱਸ। ਹੋਰ ਪੁੱਤ, ਟੈਨਸ਼ਨ ਤਾਂ ਹੁੰਦੀ ਹੈ, ਸੁੱਖੇ ਮੇਰੀ ਗੱਲ ਸੁਣ, ਹੁਣ ਤਾਂ ਨਾ ਮੈਨੂੰ ਤਾਂ ਸੱਚੀ ਉਹ ਕਿਸਮਤ 'ਤੇ ਭਰੋਸਾ ਨਹੀਂ ਰਿਹਾ। ਕਹਿਣ ਨੂੰ ਇੰਨੀ ਕਿਸਮਤ ਦੀਆਂ ਗੱਲਾਂ ਮਾਂ, ਇਹ ਤਾਂ ਨਾ ਜਿਹਦਾ ਲੋਟ ਆ ਜਾਂਦਾ ਬਸ ਉਸੇ ਦੇ ਘਰੇ। ਸਹੀ ਗੱਲ ਹੈ, ਉਸੇ ਦੇ ਘਰੇ ਗੰਗਾ ਹੈ। ਚੱਲ ਕੋਈ ਨਾ ਪੁੱਤ, ਕਦੇ ਤਾਂ ਪਰਮਾਤਮਾ ਦਿਨ ਮੋੜੂ ਗਈ, ਐਂ ਆ ਜਦੋਂ ਉਮੀਦ ਜੀ ਵੱਜਦੀ ਹੈ ਉਦੋਂ ਕੁਛ ਨਾ ਕੁਛ ਹੋਰ ਚੱਕਰ ਪੈ ਜਾਂਦਾ। ਮੈਨੂੰ ਤਾਂ ਲੱਗਦਾ ਉਹਦੀ ਮਾਂ ਨਹੀਂ ਪੈਰ ਲੱਗਣ ਦਿੰਦੀ। ਮਾਂ ਤਾਂ ਉਹਦੀ ਹੈ ਹੀ ਝਿਲਕ ਜਾਂਦੋ ਇਹੀ ਜੀ ਹੈ। ਉਹ ਨਾਨਾ ਆਇਆ ਸੀ, ਉਹਨੇ ਹਾਂ ਨਾ ਕਰਤੀ ਸੀ, ਹੁਣ ਉਹ ਨਾਨੇ ਤੋਂ ਵੀ ਉੱਤੋਂ ਦੀ ਹੋ ਗਈ। ਨਾਨੇ ਦੀ ਵੀ ਕਿਹੜਾ ਚੱਲਦੀ ਹੈ, ਜੇ ਨਾਨੇ ਦੀ ਚੱਲਦੀ ਹੁੰਦੀ ਤਾਂ ਸਾਰਾ ਕੁਛ ਹੋਏ ਨਾ ਜਾਂਦਾ, ਤਾਂ ਅੱਜ ਨੂੰ ਸਾਰਾ ਕੁਛ ਹੋ ਜਾਂਦਾ। ਹਾਂ ਚੱਲ, ਬਾਪੂ ਨਹੀਂ ਦਿੰਦਾ ਹੈਗਾ, ਬਾਪੂ ਸੱਚ ਕਿੱਧਰ ਜਾ ਰਹੇ ਸੀ ਸਵੇਰੇ ਚੌਲ ਤਿਆਰ ਕਰੀ। ਬੇ ਭਾਈ, ਤੇਰਾ ਪਿਆ ਤਾਂ ਅੰਮ੍ਰਿਤਸਰ ਵੱਗ ਗਿਆ। ਕਿਉਂ, ਹਾਲੇ ਹੁਣ ਤਾਂ ਹਜ਼ੂਰ ਸਾਹਿਬ ਜਾ ਕੇ ਆਇਆ ਸੀਗਾ। ਜਾ ਕੇ ਆਇਆ ਜੀ ਪੁੱਤ, ਉਰੇ ਕਿਹੜਾ ਉਹ ਘਰੇ ਖੜਦਾ ਹੈ, ਸਮਾਂ ਮੇਰਾ ਤਾਂ ਦੇਖ ਦੇਖ ਲਹੂ ਮੱਚਦਾ, ਕਦੇ ਗਿਆ ਤਾਂਸ ਖੇਡਿਆ, ਆ ਗਿਆ ਚਾਹ, ਗਿਆ ਚਾਹ ਪੀ ਕੇ ਤਾਂਸ ਖੇਡਿਆ, ਆ ਕੇ ਰੋਟੀ, ਕਦੇ ਤਾਂ ਉਹਨੇ ਡੰਗਰ ਨਹੀਂ ਮਾਂ ਦੇ ਪੁੱਤ ਨੇ ਅੰਦਰ ਬੰਨਿਆ। ਉਹਨੂੰ ਕਿਹੜਾ ਕੋਈ ਚੜਦੇ ਲੈ ਦੇ ਦੀ ਹੈ, ਹੁਣ ਤਾਂ ਆਪਦੇ ਰੰਗਾਂ 'ਚ ਰਹਿੰਦਾ। ਰਹੀ ਜਾਣਦੇ, ਕਹਿੰਦਾ ਬੱਸ ਜਾਂਦੀ ਹੈ, ਮੈਂ ਵਗ ਜਾ, ਮੈਂ ਤਾਂ ਦੋ ਦਾਣੇ ਤਰ ਕੇ ਮੱਥਾ ਟੇਕ, ਮੈਂ ਵਗ ਜਾ, ਹੋਰ ਕੀ, ਚਾਰ ਦਿਨ ਸੌਖੇ ਤਾਂ ਕੱਢ ਲਾਂਗੇ। ਚੱਲ ਚੱਲ, ਉਹਨੂੰ ਹੁਣ ਬਾਹਲੇ ਫੋਨ ਜੇ ਨਾ ਕਰੀ ਜਾਈ, ਮੈਂ ਦੇਖ ਲੂੰ ਕਰਕੇ ਜਿਹੜਾ ਕੁਛ ਹੋਊਗਾ ਕਰ ਲਾਂਗਾ, ਪਤਾ ਨਹੀਂ ਕੀ। ਮੈਂ ਤਾਂ ਘਰ ਹਟੀ, ਫੋਨ ਥੱਕ ਗਈ, ਮੈਂ ਤਾਂ ਅੱਕ ਕੇ ਧਰਤਾ ਵਾਂ, ਮੈਂ ਨਹੀਂ ਹੁਣ ਕਰਦੀ ਹੈਗੀ। ਉਹ ਫਿਰ ਲੋੜ ਨਹੀਂ ਹੈਗੀ, ਉਹੀ ਬਾਹਲੀ ਕੀ, ਉਹੀ ਕਰੀ ਜਾਣਾ, ਤਰਲੇ ਜੇ ਕਰੀ ਜਾਣਾ, ਹੋਰ ਕੀ ਹੈ, ਫੋਨ ਕਰਨ ਨੂੰ ਨਹੀਂ ਨਾ ਸਹੀ, ਜੇ ਜਿੰਨੀ ਕੁ ਜ਼ਰੂਰਤ ਆਪਾਂ ਨੂੰ ਉਨੀ ਕੁ ਉਹਨਾਂ ਨੂੰ ਵੀ ਹੈਗੀ ਹੈ। ਚੱਲ ਮੈਂ ਉਹਨਾਂ ਦੇ ਜਾਇਆ ਵਾਂ ਜੀ, ਤੇ ਕੇ ਜੇ ਜਾਇਆ ਭਾਜ, ਹਾਂ ਪੈਸੇ ਲੈਣੇ ਚਲੋ ਥੋੜਾ ਜੇ। ਨਹੀਂ ਨਾ, ਗੱਲ ਸੁਣ ਮੇਰੀ, ਟਾਈਮ ਨਾ ਆ ਕੇ ਰੋਟੀ ਰੁਟੀ ਖਾ ਲਿਆ ਕਰ। ਚੰਗਾ, ਓਕੇ। ਭਾਬੀ, ਮੈਂ ਤਾਂ ਹਾਲੇ ਵੀ ਨਹੀਂ ਯਕੀਨ ਹੈਗਾ ਵੀ ਤੁਸੀਂ ਜਾਉਂਦੇ ਹੋ ਮੇਰੇ ਸਾਹਮਣੇ। ਯਕੀਨ ਤਾਂ ਬਈ ਮੈਨੂੰ ਵੀ ਨਹੀਂ ਹੈਗਾ ਕਿ ਮੈਂ ਇਸ ਪਿੰਡ 'ਚ ਫੇਰ ਆਈ ਹਾਂ। ਇੱਕ ਵਾਰੀ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ ਜਦੋਂ ਮੈਨੂੰ ਰਾਸਤੇ 'ਚ ਮਿਲੇ ਉਹ ਲੋਕ ਜਿਨ੍ਹਾਂ ਨੇ ਮੈਨੂੰ ਮੇਰੇ ਬਾਰੇ ਇੰਨਾ ਕੁਛ ਦੱਸਿਆ ਜਿਹੜਾ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ। ਹਾਂ ਭਾਬੀ, ਗੱਲਾਂ ਤਾਂ ਅਸੀਂ ਬਹੁਤ ਸੁਣੀਆਂ ਨੇ, ਪਰ ਬਈ ਕੋਈ ਗੱਲ ਨਹੀਂ, ਪਰਮਾਤਮਾ ਨੇ ਮੈਨੂੰ ਬਹੁਤ ਭੈੜੀ ਸਿਚੁਏਸ਼ਨ 'ਚੋਂ ਕੱਢਿਆ। ਜਿੰਨੀ ਜ਼ਿਆਦਾ ਬਿਮਾਰ ਮੈਂ ਹੋ ਗਈ ਸੀ, ਯਕੀਨ ਤਾਂ ਸੱਚੀ ਕਹਿੰਦੀ ਹਾਂ, ਮੈਨੂੰ ਹੋ ਹੀ ਨਹੀਂ ਰਿਹਾ ਕਿ ਮੈਂ ਬਚ ਕਿਵੇਂ ਗਈ। ਹਾਂ ਭਾਬੀ, ਗੱਲਾਂ ਤਾਂ ਅਸੀਂ ਬਹੁਤ ਸੁਣੀਆਂ ਤੇਰੇ ਬਾਰੇ। ਭਾਬੀ, ਜੇ ਤੁਹਾਡੇ ਬਾਰੇ ਇੰਨੀਆਂ ਗੱਲਾਂ ਹੋਈਆਂ, ਨਾ ਤੁਸੀਂ ਆਏ ਨਾ ਕੋਈ ਤੁਹਾਡਾ ਘਰ ਦਾ ਆਇਆ। ਬਾਈ,
ਜਦੋਂ ਘਰਦਿਆਂ ਤੱਕ ਗੱਲਾਂ ਹੀ ਇਹੋ ਜਿਹੀਆਂ ਪਹੁੰਚ ਗਈਆਂ ਕਿ ਉਹ ਤਾਂ ਮੈਨੂੰ ਆਪ ਹੀ ਜਿਉਂਦਿਆਂ ਮਾਰਤਾ ਸੀ ਉਹਨਾਂ ਨੇ, ਉਹ ਵੀ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ ਮੇਰੇ ਤੱਕ ਕਿਵੇਂ ਪਹੁੰਚਦੇ ਅਤੇ ਕਿਵੇਂ ਦੱਸਦੇ ਲੋਕਾਂ ਨੂੰ ਕਿ ਮੈਂ ਸੱਚੀ ਹਾਂ। ਭਾਬੀ ਮੈਂ ਤਾਂ ਸੁਣਿਆ ਤੁਸੀਂ ਤੁਹਾਡਾ ਤਲਾਕ ਹੋ ਗਿਆ ਸੀ ਅਤੇ ਹੋਰ ਵੀ ਗੱਲਾਂ ਬਹੁਤ ਸੁਣੀਆਂ ਅਤੇ ਤੁਸੀਂ ਰਿਸ਼ਵਤ ਲੈਂਦੇ ਫੜੇ ਗਏ। ਭਾਬੀ ਅੱਜ ਫਿਰ ਤੁਸੀਂ ਚੰਗਾਲੀ ਵਾਲੇ ਕਿਵੇਂ? ਬਾਈ ਇਹ ਸਾਰਾ ਕੁਛ ਕਲੀਅਰ ਕਰਨ ਵਾਸਤੇ ਤਾਂ ਮੈਂ ਇੱਥੇ ਆਈ ਹਾਂ ਅਤੇ ਰਹੀ ਗੱਲ ਜਿਹੜੇ ਲੋਕ ਕਹਿੰਦੇ ਨੇ ਕਿ ਮੈਨੂੰ ਨੌਕਰੀ ਤੋਂ ਕੱਢਤਾ ਸੀ, ਮੈਂ ਮੈਡੀਕਲ ਲੀਵ 'ਤੇ ਸੀ। ਹੁਣ ਬੰਦੇ ਦੀ ਜਦੋਂ ਹਾਲਤ ਇੰਨੀ ਖਰਾਬ ਹੋ ਜੂਗੀ ਫਿਰ ਬੰਦਾ ਕੰਮ ਕਿਵੇਂ ਕਰੂਗਾ? ਉੱਧਰੋਂ ਤੁਹਾਨੂੰ ਪਤਾ ਮੇਰੇ ਸਹੁਰਿਆਂ ਵੱਲੋਂ ਟੈਨਸ਼ਨ, ਉੱਧਰੋਂ ਮੇਰੇ ਆਪਦੇ ਘਰਦਿਆਂ ਵੱਲੋਂ ਟੈਨਸ਼ਨ, ਇਸ ਕਰਕੇ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ ਤਾਂ ਮੈਂ ਕੁਛ ਸਮੇਂ ਲਈ ਛੁੱਟੀ 'ਤੇ ਸੀ ਅਤੇ ਮੈਂ ਆਹ ਸਭ ਕੁਛ ਕਲੀਅਰ ਕਰਨ ਲਈ ਚੰਗਾਲੀ ਵਾਲੇ ਆਪਦੀ ਦੁਬਾਰਾ ਪੋਸਟਿੰਗ ਕਰਵਾਈ ਆ। ਭਾਬੀ ਮੈਂ ਤਾਂ ਸੁਣਿਆ ਤੁਸੀਂ ਲਵ ਮੈਰਿਜ ਕਰਾ ਲਿੱਤੀ, ਆਹ ਬੱਚਾ ਫਿਰ? ਬਾਈ ਜੇ ਮੈਂ ਲਵ ਮੈਰਿਜ ਕਰਵਾਈ ਹੁੰਦੀ ਤਾਂ ਮੈਂ ਇਸ ਪਿੰਡ 'ਚ ਵਾਪਸ ਨਾ ਆਉਂਦੀ ਅਤੇ ਦੂਜੀ ਗੱਲ ਇਹ ਬੱਚੇ ਦੀ, ਜੇ ਤੁਸੀਂ ਇਸ ਬੱਚੇ ਦਾ ਸੱਚ ਸੁਣਨਾ ਤਾਂ ਉਹ ਵੀ ਮੈਂ ਦੱਸੂੰਗੀ, ਪਰ ਉਸ ਤੋਂ ਪਹਿਲਾਂ ਮੈਂ ਇਹ ਕਲੀਅਰ ਕਰਦਾ ਕਿ ਜਿਹੜੀਆਂ ਲੋਕ ਮੇਰੇ ਬਾਰੇ ਬਕਵਾਸ ਬੋਲਦੇ ਸੀਗੇ ਉਹ ਸੁੱਖ ਕੋਲ ਵੀ ਜਾ ਕੇ ਬੋਲਦੇ ਸੀ ਔਰ ਉਹਨਾਂ ਬਾਰੇ ਮੈਨੂੰ ਦੱਸਦੇ ਸੀ ਮੇਰੇ ਬਾਰੇ ਉਹਨਾਂ ਨੂੰ। ਅਤੇ ਰਹੀ ਗੱਲ ਜਿਹੜਾ ਬੰਦਾ ਲਵ ਮੈਰਿਜ ਦੇ ਚੱਕਰ 'ਚ ਪੈਂਦਾ ਉਹ ਇਹੋ ਜਿਹੀ ਹਾਲਤ 'ਚ ਨਹੀਂ ਜਾਂਦਾ ਅਤੇ ਨਾ ਹੀ ਫਿਰ ਦੁਬਾਰਾ ਉੱਥੇ ਹੀ ਆਉਂਦਾ ਜਿੱਥੇ ਉਹਦਾ ਬਹੁਤ ਕੁਛ ਗਵਾਚ ਗਿਆ ਹੋਵੇ। ਅਤੇ ਬਈ ਇਹ ਜਵਾਕ ਹੈਗਾ ਸ਼੍ਰੀਕਾਲ ਪੁੱਤ, ਆ ਤੂੰ ਐਵੇਂ ਕਰ ਇਹਨੂੰ ਚੀਜ਼ੀ ਦਵਾ ਲੈ ਨਾਲੇ ਤੂੰ ਖਾ ਲੈ, ਠੀਕ ਹੈ? ਜਾ ਪੁੱਤ ਇੱਕ ਮਿੰਟ ਲੈ ਪੁੱਤ ਛੇਤੀ ਆ ਜਾਓ, ਠੀਕ ਹੈ? ਭਾਬੀ ਆ ਸਾਰਾ ਕੁਛ ਸੱਚ ਆ? ਅੱਜ ਤਾਂ ਕੁਛ ਹੋਰ ਹੀ ਸੋਚੀ ਬੈਠੇ ਸੀ ਤੇ ਮੇਰੇ ਲਾਇਕ ਕੋਈ ਸੇਵਾ ਹੈਗੀ ਆ ਭਾਬੀ ਤਾਂ ਦੱਸ ਦਿਓ। ਸੇਵਾ ਨਹੀਂ ਬਾਈ, ਮੇਰੀ ਤਾਂ ਤੁਹਾਡੇ ਅੱਗੇ ਕਰਜ਼ੀ ਆ ਕਿ ਜੇ ਤੁਸੀਂ ਮੈਨੂੰ ਇਸ ਪਿੰਡ ਦੇ ਵਿੱਚ ਕਿਤੇ ਕਿਰਾਏ 'ਤੇ ਕਮਰਾ ਦਵਾ ਦਿੰਦੇ ਤਾਂ ਮੈਂ ਆਪਣਾ ਸੌਖੀ ਹੋ ਕੇ ਰਹਿ ਲੈਂਦੀ, ਨਹੀਂ ਤਾਂ ਮੈਨੂੰ ਬਹੁਤ ਔਖਾ ਹੋ ਜੂਗਾ ਕਮਰਾ ਲੱਭਣਾ। ਬਸ ਭਾਬੀ ਇੰਨੀ ਕੁ ਗੱਲ ਆ? ਆਹ ਘਰ ਆਪਣੀ ਤਾਂ ਹੈਗਾ, ਨਾਲੇ ਵਿਹਲੀ ਰਹਿੰਦਾ ਇਹ ਤਾਂ, ਮੈਂ ਤਾਂ ਬਾਹਰ ਹੀ ਵਗ ਜਾਣਾ ਕੰਮ 'ਤੇ, ਉੱਥੇ ਮਹੀਨਾ ਰਹਿਣਾ। ਤੁਸੀਂ ਇਸੇ ਘਰ 'ਚ ਰਹਿ ਲਓ, ਮੈਂ ਉਹ ਵੀ ਕਿਰਾਏ 'ਤੇ ਦੇਣਾ ਤੇ ਇਹ ਘਰ। ਅੱਛਾ ਬਾਈ ਤੇਰਾ ਬਹੁਤ ਬਹੁਤ ਧੰਨਵਾਦ, ਮੈਨੂੰ ਤੂੰ ਇਹਦਾ ਕਿਰਾਇਆ ਦੱਸਦੀ ਕਿੰਨਾ, ਮੈਂ ਦੇ ਦਿਆ ਕਰੂੰਗੀ। ਬਾਕੀ ਸਗੋਂ ਹੋਰ ਵੀ ਸਖਾਲਾ ਹੋ ਜੂਗਾ, ਮੈਂ ਆਪਦੇ ਘਰ ਦੇ ਨੇੜੇ ਤਾਂ ਰਹੂੰਗੀ, ਨਹੀਂ ਤਾਂ ਦੂਰ ਰਹਿ ਰਹਿ ਕੇ ਡਿਪਰੈਸ਼ਨ ਦੀ ਸ਼ਿਕਾਰ ਹੀ ਹੁੰਦੀ ਰਹੀ ਹਾਂ ਮੈਂ। ਨਾਲੇ ਜੇ ਤੈਨੂੰ ਤੇਰੇ ਬਾਈ ਦਾ ਪਤਾ ਲੱਗੇ ਤਾਂ ਉਹ ਵੀ ਮੈਨੂੰ ਦੱਸੀ ਕਿ ਉਹ ਕਿੱਥੇ ਰਹਿੰਦੇ ਨੇ ਅੱਜ ਕੱਲ੍ਹ। ਭਾਬੀ ਜਿਹੜੀਆਂ ਤੁਸੀਂ ਗਲਤ ਫਹਿਮੀਆਂ ਕਰਕੇ ਦੂਰ ਹੋਏ ਸੀਗੇ
ਉਹ ਤੁਹਾਡੀਆਂ ਗਲਤ ਫਹਿਮੀਆਂ ਕੱਢਣ ਵਿੱਚ ਮੈਂ ਤੁਹਾਡਾ ਪੂਰਾ ਸਾਥ ਦਊਂਗਾ। ਰਹੀ ਗੱਲ ਬਾਈ ਦੀ, ਬਾਈ ਨਾਲ ਵੀ ਮੈਂ ਗੱਲ ਕਰ ਲੂੰਗਾ ਆ ਜਾਂਦਾ ਜੇ ਕਿਤੇ ਮਿਲਿਆ ਮੈਨੂੰ। ਅਭੀ ਜੇ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ। ਬਸ ਬਾਈ, ਜਿਹੜੀ ਤੂੰ ਮੇਰੀ ਮਦਦ ਕੀਤੀ ਨਾ, ਤੂੰ ਸੋਚ ਵੀ ਨਹੀਂ ਸਕਦਾ ਤੂੰ ਕਿੱਡੀ ਵੱਡੀ ਮਦਦ ਕਰਤੀ। ਬਸ ਤੇਰਾ ਧੰਨਵਾਦ। ਵਧੀਆ ਇਸ਼ੂ, ਠੀਕ ਹੈ ਤੂੰ ਸੁਣਾ। ਵਧੀਆ, ਲੰਘੀ ਜਾਂਦਾ ਟਾਈਮ। ਵਧੀਆ ਕਰਿਆ ਤੂੰ ਆ ਗਿਆ ਯਾਰ। ਕਿਉਂ? ਉਹ ਮੈਨੂੰ ਵੀ ਜ਼ਰੂਰੀ ਕੰਮ ਜਿਹਾ ਸੀ ਇੱਕ, ਮੈਂ ਤੈਨੂੰ ਫੋਨ ਕਰਨੇ ਲੱਗਿਆ ਸੀਗਾ ਮਿਲਣ ਵਾਸਤੇ। ਫਿਰ ਕਰ ਲੈਂਦਾ ਫੋਨ ਤੂੰ? ਬਸ ਤੈਨੂੰ ਪਤਾ ਆ, ਘਰ ਬਾਰ ਦੇ ਕੰਮ ਕਾਰ ਇਹੋ ਜਿਹੇ ਹੁੰਦੇ ਨੇ। ਕੁਛ ਬਾਪੂ ਅੰਮ੍ਰਿਤਸਰ ਸਾਹਿਬ ਗਿਆ ਹੋਇਆ। ਅੱਛਾ, ਤਾਂ ਕਰਕੇ ਬਸ ਕੁਛ ਤਾਂ ਡਿਊਟੀ ਵਾਲਾ ਕੰਮ ਹੋ ਜਾਂਦਾ, ਕੁਛ ਘਰੋਂ ਨਹੀਂ ਨਿਕਲਿਆ ਜਾਂਦਾ ਯਾਰ। ਨਾ ਕੋਈ ਗੱਲ ਨਹੀਂ, ਕੀ ਹੋ ਗਿਆ? ਕੀ ਦੱਸਾਂ ਯਾਰ ਵੀ ਕੀ ਹੋ ਗਿਆ, ਮੈਨੂੰ ਤਾਂ ਗੱਲ ਕਰਦੇ ਨੂੰ ਵੀ ਸ਼ਰਮ ਆਉਂਦੀ ਆ। ਉਹ ਹੁਣ ਇਹੋ ਜਿਹਾ ਕੀ ਹੋ ਗਿਆ ਜੀ? ਤਾਂ ਇਸ ਕਰੇ ਫਿਰ ਵਕੀਲ ਨੂੰ ਲੈ ਕੇ ਆਈ ਸੀ, ਜਿਹੜੇ 40 ਲੱਖ ਦਾ ਰੌਲਾ ਸੀਗਾ ਉਹ ਗੱਲ ਕਲੀਅਰ ਕਰਕੇ ਗਈ ਆ। ਅਤੇ ਵਕੀਲ ਨੇ ਮੈਨੂੰ ਦੱਸਿਆ ਜਿਹੜਾ 40 ਲੱਖ ਰੁਪਇਆ ਉਹਦੇ ਤਲਾਕ ਦੇ ਵਿੱਚ ਡਿਮਾਂਡ ਸੀਗਾ ਉਹ ਤਾਂ ਅੱਜ ਵੀ ਵਕੀਲ ਕੋਲ ਪਿਆ। ਯਾਰ ਸੁੱਖ, ਮੈਂ ਤੈਨੂੰ ਗੱਲ ਕਹਾਂ, ਪਤਾ ਨਹੀਂ ਕੀ ਸਹੀ ਸੀ ਕੀ ਗਲਤ ਸੀ ਉਹ ਮੈਨੂੰ ਨਹੀਂ ਪਤਾ। ਬਸ ਮੈਨੂੰ ਇੰਨਾ ਪਤਾ ਵੀ ਮੈਂ ਹੁਣ ਉਹ ਗੱਲ ਨਹੀਂ ਛੱਡਣੀ ਚਾਹੁੰਦਾ। ਤੇਰੀ ਗੱਲ ਜੇ ਹੋਇਆ ਤੇਰੀ ਗੱਲ ਜਾਇਜ਼ ਹੈ ਯਾਰ ਇਸ਼ੂ, ਮੈਂ ਸਮਝਦਾ ਵੀ ਠੀਕ ਹੈ ਜੋ ਸਮੇਂ ਦੇ ਹਾਲਾਤ ਬਣੇ ਸੀ ਉਹ ਚੀਜ਼ ਹੋ ਗਈ, ਪਰ ਜਿਹੜਾ 40 ਲੱਖ ਵਾਲਾ ਮੈਨੂੰ ਭਰਮ ਸੀਗਾ ਉਹ ਤਾਂ ਯਾਰ ਸੱਚੇ ਕੁਛ ਹੋਰ ਨਿਕਲਿਆ। ਮੈਂ ਸਮਝ ਸਕਦਾ ਵੀ ਹਾਂ ਮੇਰੀ ਇਹ ਗੱਲ ਸੁਣ ਕੇ ਤੇਰੇ ਦਿਲ 'ਤੇ ਕੀ ਬੀਤਰੀ ਹੋਊਗੀ, ਪਰ ਜੋ ਸੱਚ ਆ ਤਾਂ ਸੱਚ ਹੈ। ਚੱਲ ਛੱਡ ਯਾਰ, ਚੱਲ ਚੰਗਾ, ਕੋਈ ਨਹੀਂ ਬੈਠ। ਉਹ ਨਹੀਂ, ਮੈਨੂੰ ਥੋੜ੍ਹਾ ਕੰਮ ਹੈ, ਕੋਈ ਚੱਕਰ ਨਹੀਂ, ਮੈਂ ਫਿਰ ਮਾਰੂੰਗਾ ਗੇੜਾ। ਮੈਨੂੰ ਪਤਾ ਯਾਰ ਤੂੰ ਗੁੱਸਾ ਕਰ ਗਿਆ। ਉਹ ਨਹੀਂ, ਗੁੱਸਾ ਨਹੀਂ ਕਰਿਆ ਹੈਗਾ, ਤੈਨੂੰ ਹੀ ਲੱਗਦਾ। ਮੈਨੂੰ ਪਤਾ ਹੀ ਹੈ ਗੱਲ ਸੁਣ ਕੇ ਤੇਰੇ ਮੂੰਹ ਦੇ ਨਕਸ਼ ਤਾਂ ਬਦਲ ਗਿਆ। ਓਏ ਨਹੀਂ ਨਹੀਂ, ਉਹੀ ਲੱਗੀ ਜਾਂਦਾ। ਸੱਚ ਕੀ ਬਣਿਆ ਫਿਰ ਤੇਰੇ ਵਿਆਹ ਦਾ? ਉਹ ਕਿਹੜਾ ਵਿਆਹ ਯਾਰ, ਉਹ ਵੀ ਪਾਣੀ 'ਚ ਮਧਾਣੀ ਵਾਲੇ ਕੰਮ ਹੋਇਆ ਪਿਆ। ਕਿਉਂ, ਕੀ ਹੋ ਗਿਆ? ਬਾ ਪੁੱਛ ਨਾ, ਇੱਕ ਮੰਨਦਾ ਇੱਕ ਰੁੱਸਦਾ, ਇੱਕ ਮੰਨਦਾ ਇੱਕ ਰੁੱਸਦਾ। ਹੁਣ ਜੇ ਸਾਰਾ ਕੁਛ ਸਹੀ ਹੋ ਗਿਆ ਸੀਗਾ, ਮਨਿੰਦਰ ਗਈ ਹੋਈ ਸੀ ਉੱਥੇ ਪਟਿਆਲੇ ਉਹਦੀ ਮੰਮੀ ਕੋਲੇ, ਕਹਿੰਦੇ ਵੀ ਚੱਲ ਮੈਂ ਗੱਲਬਾਤ ਕਰਕੇ ਵੀ ਦਿਨ ਦੋ ਨੂੰ ਕਢਾਉਣਾ ਹੁੰਦਾ ਜਿਹੜਾ ਉਹ ਕਰ ਲਵਾਂਗੇ। ਹੁਣ 2 ਦਿਨ ਹੋ ਗਏ ਉਹਨੂੰ ਫੋਨ ਕਰਦੇ ਨੂੰ, ਹੁਣ ਉਹ ਨਹੀਂ ਫੋਨ ਚੱਕ ਰਹੀ, ਨਾ ਕੋਈ ਰਿਪਲਾਈ ਆ ਰਿਹਾ। ਦੱਸ ਫੋਨ ਤਾਂ ਉਹ ਕਈ ਵਾਰੀ, ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ, ਕਈ ਵਾਰੀ ਬੰਦਾ ਇੰਨੇ ਟਾਈਮ ਬਾਅਦ ਘਰ ਜਾਂਦਾ, ਘਰ ਕੰਮ ਧੰਦੇ ਹੋ ਜਾਂਦੇ, ਕੋਈ ਚੱਕਰ ਨਹੀਂ। ਉਹ ਇਹੋ ਜਿਹੇ ਵੀ ਕੀ ਕੰਮ ਧੰਦੇ ਆ? ਉਹ ਤੈਨੂੰ ਪਤਾ ਘਰ ਜਾ ਕੇ ਇੰਨੇ ਟਾਈਮ ਬਾਅਦ ਘਰ ਗਈ ਹੋਣੀ, ਮੈਨੂੰ ਤੈਨੂੰ ਪਤਾ ਹੀ ਆ, ਐਂ ਹੋ ਜਾਂਦਾ ਥੋੜ੍ਹਾ ਜਿਹਾ। ਚਲ ਉਹ ਤਾਂ ਠੀਕ ਹੈ, ਚੱਲ ਕੋਈ ਨਾ, ਤੂੰ ਟੈਨਸ਼ਨ ਨਾ ਲਈ, ਠੀਕ ਹੈ? ਮੈਂ ਫਿਰ ਆ ਮਾਰੂੰਗਾ ਤੇਰੇ ਕੋਲ ਗੇੜਾ। ਕੋਈ ਨਹੀਂ, ਮਾਰ ਦੂੰ ਗੇੜਾ। ਮਾਤਾ ਠੀਕ ਰਹਿੰਦੀ ਹੈ? ਵਧੀਆ ਨਜ਼ਾਰੇ ਲੈਂਦੇ ਆ। ਮੈਂ ਤਾਂ ਕਹਿੰਦਾ ਬਹਿੰਦਾ ਤੂੰ ਮੰਮੀ ਨੂੰ ਮਿਲ ਕੇ ਜਾਂਦਾ। ਉਹ ਕੋਈ ਚੱਕਰ ਨਹੀਂ, ਮੈਂ ਫਿਰ ਮਾਰ ਲੂੰ। ਪਹਾੜ ਦੇ ਭੋਗ ਤੇ ਗਈ ਹੋਈ ਹੈ। ਅੱਛਾ, ਹਾਂ ਕਿੱਥੇ, ਪਿੰਡ 'ਚ ਹੀ? ਹਾਂ ਪਿੰਡ 'ਚ ਗਈ ਹੈ, ਤਾਂ ਹੀ ਕਹਿੰਦਾ ਵੀ ਬਹਿ ਜਾ ਪਰ। ਉਹ ਕੋਈ ਨਹੀਂ, ਫਿਰ ਮਾਰ ਲੂੰ, ਮਾਤਾ ਨੂੰ ਮਿਲਦੀ ਰਹਿੰਦੇ ਆ। ਚੱਲ ਠੀਕ ਹੈ, ਚੰਗਾ ਚੰਗਾ, ਓਕੇ।
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਚੱਲੀ ਕੀ ਜਾਂਦਾ। ਕਹਾਣੀ ਜਿੱਥੋਂ ਸ਼ੁਰੂ ਹੋਈ ਸੀ ਖਤਮ ਹੋ ਕੇ ਦੁਬਾਰੇ ਸ਼ੁਰੂ ਹੋਣ ਦੀ ਕਗਾਰ ਤੇ ਖੜੀ ਹੈ। ਪਤਾ ਨਹੀਂ ਮਾਲਕ ਕੀ ਚਾਹੁੰਦਾ। ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਵੀ ਇਹਦੀਆਂ ਖੁਸ਼ੀਆਂ ਨੂੰ ਕਿਉਂ ਨਜ਼ਰ ਲੱਗੀ ਹੋਈ ਹੈ। ਚੱਲ ਮਾਲਕ ਜਿਹੜਾ ਕੁਛ ਕਰੇ ਚੰਗਾ ਹੀ ਕਰੇ। ਤੇਰਾ ਜੀ ਲੱਗ ਗਿਆ ਆਪਦੇ ਘਰੇ ਜੀ ਕਿਦਾਂ ਨਹੀਂ ਲੱਗਦਾ ਸੁੱਖ? ਕਿਹੋ ਜਿਹੀਆਂ ਗੱਲਾਂ ਕਰਦੇ ਹੋ ਨਾ ਮਹਾ। ਉਹ ਤਾਂ ਬਿਨਾਂ ਦੱਸੇ ਭੱਜ ਗਈ ਸੀ ਪੇਕਿਆਂ ਨੂੰ। ਹੁਣ ਤੁਸੀਂ ਮੈਨੂੰ ਤਾਨੇ ਦਿਓਗੇ? ਹੱਕ ਬਣਦਾ ਮੇਰਾ, ਪੁੱਛ ਕੇ ਗਈ ਸੀਗੀ। ਚੱਲ ਹੁਣ ਬਸ ਕਰੋ। ਇਹਦਾ ਤੂੰ ਸ਼ੁਕਰ ਮਿਲਾ ਵੀ ਤੈਨੂੰ ਰੱਬ ਦਾ ਬੰਦਾ ਮਿਲਿਆ ਜਿਹਨੇ ਤੈਨੂੰ ਘਰੇ ਵਾੜ ਲਿਆ ਦੁਬਾਰੇ। ਤੇ ਮਨਾਉਣ ਕੌਣ ਗਿਆ ਸੀ ਮੇਰੇ ਦਫ਼ਤਰ? ਆਹੋ ਮਨਾਉਣ ਨਹੀਂ ਗਿਆ ਸੀਗਾ, ਘਰ ਵਸਾਉਣ ਗਿਆ ਸੀ ਆਪਦਾ। ਜਿਹੜਾ ਤੂੰ ਜਾੜ ਨੂੰ ਮਿੰਟ ਲਾਉਣ ਲੱਗਿਆ ਨਾ, ਇੱਕ ਮਿੰਟ ਨਹੀਂ ਲਾਇਆ ਹੈਗਾ। ਹਰੇ ਬੇਬੇ ਦਾ ਕਸੂਰ ਕੱਢਦੀਆਂ ਨੂੰ ਤੇ ਤੁਹਾਨੂੰ ਇੰਨੀ ਸੇਵਾ ਕਰਨ ਵਾਲੀ ਘਰ ਵਾਲੀ ਮਿਲ ਜੂ? ਇਹ ਤਾਂ ਤੇਰਾ ਵਹਿਮ ਆ, ਤੂੰ ਮਜ਼ਾਕ ਕਰਦਾ। ਹੁਣ ਇਸ ਗੱਲ 'ਤੇ ਵੀ ਗੁੱਸੇ ਹੋ ਕੇ ਕਿਤੇ ਪੇਕੇ ਨਾ ਵਗ ਜੀ। ਮੈਂ ਤਾਂ ਹੁਣੇ ਲਾਉਂ ਪੰਚਾਇਤ। ਲਾਏਗੀ ਪੰਚਾਇਤ, ਆਹੀ ਕਸਰ ਹੈ। ਪਹਿਲਾਂ ਹਲੇ ਪੰਚਾਇਤਾਂ ਘੱਟ ਹੋਈਆਂ ਨੇ ਨਾ। ਫਿਰ ਤੁਸੀਂ ਆਓਗੇ ਫਿਰ ਟਾਈਮ ਚੱਕਦੇ ਹੋ? ਜਿਹੜੀਆਂ ਰੌਲਾ ਪਾ ਕੇ ਨੀ ਹੁੰਦੀਆਂ ਕਦੇ। ਚੱਲ ਚੰਗਾ ਹੁਣ ਹਵਾ ਜੀ ਚੱਲ ਨਾ ਮਾਰੀ ਜਾ, ਬਾਪੂ ਨੂੰ ਚਾਹ ਚੂ ਦੇ ਦੇ। ਗੁੱਸਾ ਰਹੇਗੀ ਹੁਣ ਮੇਰੇ ਨਾਲ, ਆ ਜਾ ਮੇਰਾ ਘਰ ਡੀਕਦਾ ਤੈਨੂੰ। ਮਮਾ ਤੇ ਚਿਲਾ ਉੱਠੋ।
ਪਾਪਾ ਕੋਲ ਚੱਲਾਂਗੇ, ਠੀਕ ਆ।